ਅਸਲਾਮ ਅਲੈਕੁਮ, ਮੈਂ ਨਦੀਮ ਅਬਾਸ ਅਤੇ ਤੁਸੀਂ ਵੇਖਦੇ ਪਏ ਹੋ ਸ਼ਦਾਬ ਰੰਗ। ਅੱਜ ਮੈਂ ਮੌਜੂਦ ਹਾਂ ਰਾਵੀ ਦੇ ਪਰਲੇ ਕੰਢੇ। ਮਾਸਟਰ ਮਦਨ ਦਾ ਇੱਕ ਗੀਤ ਵੀ ਸੀ ਰਾਵੀ ਦੇ ਪਰਲੇ ਕੰਢੇ। ਅੱਜ ਮੈਂ ਇਸ ਇੱਕ ਤੁਹਾਨੂੰ ਤਾਰੀਖੀ ਵਿਰਸਾ ਦਿਖਾਉਣ ਜਾ ਰਿਹਾ, ਜਿਹੜਾ ਕਿ ਸ਼ਹਿਨਸ਼ਾਹ ਜ਼ੈਰੁਦੀਨ ਬਾਬਰ ਦੀ ਵਫਾਤ 1530 ਤੋਂ ਬਾਅਦ ਉਹਨਾਂ ਦੇ ਬੇਟੇ ਕਾਮਰਾਨ ਮਿਰਜ਼ਾ ਨੇ ਜਦੋਂ ਲਾਹੌਰ ਦਾ ਕੰਟਰੋਲ ਸੰਭਾਲ ਲਿਆ ਅਤੇ ਉਹਨਾਂ ਦੇ ਬਾਈ ਸ਼ਹਿਨਸ਼ਾਹ ਹਮਾਯੂੰ ਨੇ ਉਹਨਾਂ ਦਾ ਕਬਜ਼ਾ ਕਬੂਲ ਕਰਦਿਆਂ ਹੋਇਆਂ ਇੱਕ 1540 ਦੇ ਵਿੱਚ ਲਾਹੌਰ ਦੇ ਰਾਵੀ ਦੇ ਕੰਢੇ ਇੱਕ ਬਾਗ ਲਗਵਾਇਆ ਅਤੇ ਉਸ ਬਾਗ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਉਹਨਾਂ ਨੇ 12 ਦਰੀ ਬਣਵਾਈ। ਉਸ 12 ਦਰੀ ਨੂੰ ਕਾਮਰਾਨ ਮਿਰਜ਼ਾ ਦੀ 12 ਦਰੀ ਕਿਹਾ ਜਾਂਦਾ ਹੈ ਅਤੇ ਅਸੀਂ ਤੁਹਾਨੂੰ ਉਸ ਕਾਮਰਾਨ ਮਿਰਜ਼ਾ ਦੀ 12 ਦਰੀ ਦੇ ਬਾਰੇ ਕੁਝ ਦੱਸਿਆ ਅਤੇ ਬਾਕੀ ਤੁਹਾਨੂੰ ਮੈਂ ਤਾਰੀਖੀ ਇਮਾਰਤ ਦਿਖਾਉਣਾ ਜਿਹੜੀ ਕਿ ਬਹੁਤ ਖਸਤਾ ਹੈ ਅਤੇ ਸਾਡੀ ਹਕੂਮਤ ਅੱਗੇ ਦਰਖਾਸਤ ਹੈ ਕਿ ਇਹ ਵਾਲੀ ਜਿਹੜੇ ਸਾਡੇ ਤਾਰੀਖੀ ਇਮਾਰਤਾਂ ਨੇ, ਤਾਰੀਖੀ ਵਿਰਸਾ ਨੇ, ਇਹਨਾਂ ਨੂੰ ਮਹਿਫੂਜ਼ ਰੱਖਣਾ ਚਾਹੀਦਾ ਤਾਂ ਕਿ ਆਉਣ ਵਾਲੀਆਂ ਨਸਲਾਂ ਤਾਰੀਖ ਪੜ੍ਹਨ ਦੇ ਨਾਲ ਨਾਲ ਤਾਰੀਖੀ ਇਮਾਰਤਾਂ ਨੂੰ ਆਪਣੀਆਂ ਅੱਖਾਂ ਨਾਲ ਵੇਖ ਸਕਣ ਅਤੇ ਜਾਇਜ਼ਾ ਲੈ ਸਕਣ ਕਿ ਸਾਡੇ ਤੋਂ ਪਹਿਲਾਂ ਕਿਵੇਂ ਰਹਿੰਦੇ ਸਨ, ਉਹਨਾਂ ਦੀ ਜ਼ਿੰਦਗੀ ਦੇ ਬਾਰੇ ਉਹ ਅੱਛੀ ਤਰ੍ਹਾਂ ਅੰਦਾਜ਼ਾ ਲਾ ਸਕਣ। ਅਤੇ ਚੱਲਦੇ ਹਾਂ ਬਾਰਾਦਰੀ ਵਾਲੇ।